ਓਏ ਕਿੱਥੇ ਆ ਓਏ ਉਹ ਕਿੱਥੇ ਆ ਉਹ ਤੇਰਾ ਸਿਸਟਮ ਤੇ ਉਹ ਕਿੱਥੇ ਆ ਉਹ ਖਲੋ ਜਾ ਇੱਕ ਮਿੰਟ ਫੋਨ ਆਇਆ ਪਹਿਲੇ ਉਹਨਾਂ ਨਾਲ ਗੱਲ ਕਰਨ ਦੇ ਆ ਗਿਆ ਤੂੰ ਆਓ ਕਿੱਡੇ ਕਬੂਤਰ ਸੱਦਣ ਦੇ ਆਓ 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 ਹੈਲੋ ਹੈਲੋ ਜੀ ਕਿਵੇਂ ਹੋ ਮੈਂ ਠੀਕ ਆ ਜੀ ਤੁਸੀਂ ਸੁਣਾਓ ਜੀ ਬਸ ਠੀਕ ਆ ਆਪਕਾ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਮੁਝੇ ਵਾਹ ਜੀ ਵਾਹ ਸਭ ਤੋਂ ਪਹਿਲੇ ਆਪ ਇਹ ਬਤਾਏ ਕਿ ਆਪ ਕੌਣ ਬੋਲ ਰਹੇ ਹੈ ਮੇਰਾ ਨਾਮ ਕਲਵੰਤ ਕੌਰ ਹੈ ਕੁਲਵੰਤ ਕੌਰ ਜੀ ਕਿੱਥੋਂ ਬੋਲਦੇ ਹੋ ਤੁਸੀਂ ਮੈਂ ਯੂਕੇ ਸੇ ਬੋਲ ਰਹੀ ਹੂੰ ਤੋ ਯੂਕੇ ਸੇ ਬੋਲ ਰਹੇ ਹੈ ਤੋ ਆਪਕੀ ਆਵਾਜ਼ ਸੇ ਹਮੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿੱਦਾਂ ਤੁਸੀਂ ਆਪਨੇ ਕਿਤੇ ਪਹਿਲੀ ਵਾਰੀ ਕਾਲ ਕੀਤੀ ਹੈ ਹਮਾਰੀ ਸੋਚ ਦੇ ਵਿੱਚ ਨਹੀਂ ਮੈਂ ਪਹਿਲੀ ਹਾਂ ਮੈਂ ਪਹਿਲੀ ਵਾਰ ਕੀਤੀ ਪਰ ਮੈਨੂੰ ਇੰਗਲਿਸ਼ ਨਾ ਆਉਂਦੀ ਹੈ ਮੈਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੈ ਕੋਈ ਗੱਲ ਨਹੀਂ ਜੀ ਪੰਜਾਬੀ ਘੱਟ ਆਉਂਦੀ ਸਾਨੂੰ ਪੰਜਾਬੀ ਸਮਝ ਤੇ ਆਉਂਦੀ ਹੈ ਨਾ ਸਾਡੇ ਸ਼ੋਅ ਦੀ ਇਨਕੀ ਵੌਇਸ ਮਿਲ ਰਹੀ ਹੈ ਕਿਸੇ ਤੇ ਕਿਨਕੀ ਸੇ ਮਿਲ ਰਹੀ ਹੈ ਕਿਸੇ ਤੇ ਮਿਲ ਰਹੀ ਹੈ ਮੇਰੇ ਮੈਨੂੰ ਪੁੱਤਰ ਤੈਨੂੰ ਕੀ ਲੱਗਦਾ ਕਿ ਮੈਂ ਅਫਸਰ ਇੱਦਾਂ ਬਣ ਗਿਆ ਸਰ ਮੈਂ ਆਪਣੀ ਗੋਲ ਐਸੀ ਤਿਆਰੀ ਦੇ ਸਾਡੀ ਰਾਜੂ ਭੈਣ ਜੀ ਸਾਡੇ ਨਾਲ ਮਤਲਬ ਇੱਦਾਂ ਗੱਲ ਕਰਨਗੇ ਨਹੀਂ ਉਹ ਨਹੀਂ ਹੈਗੇ ਨਹੀਂ ਹੈਗੇ ਨਹੀਂ ਤੇ ਤੈਨੂੰ ਕੀ ਲੱਗਦਾ ਅਫਸਰ ਗਲਤ ਨਹੀਂ ਹੋ ਸਕਦਾ ਕਦੀ ਨਹੀਂ ਹੋ ਸਕਦਾ ਹੋ ਗਏ ਆ ਤੂੰ ਵੀ ਤਾਂ ਕਿਹਾ ਮੈਂ ਗਲਤ ਵੀ ਹੋ ਸਕਦਾ ਇਹ ਜਾਂ ਮੈਨੂੰ ਲੱਗ ਰਹੀ ਹੈ ਲਵ ਯੂ ਦੀ ਸੱਸ ਜੀ ਨਹੀਂ ਜੀ ਫੇਰ ਮੈਨੂੰ ਗੁੰਮਨਾਮ ਜੀ ਲੱਗ ਰਹੀ ਹੈ ਨਾ ਮੇਰੀ ਆਵਾਜ਼ ਹਾਂ ਮੇਰੀ ਆਵਾਜ਼ ਥੋੜੀ ਥੋੜੀ ਸ਼੍ਰੀ ਦੇਵੀ ਵਾਂਗ ਲੱਗਦੀ ਹੈ ਵਾਹ ਜੀ ਗੁੰਮਨਾਮ ਜੀ ਹੈਗੇ ਆ ਕੀ ਆਇਆ ਪੱਕਾ ਹਾਂ ਤੇ ਮੈਂ ਆਪਕਾ ਪ੍ਰੋਗਰਾਮ ਬਹੁਤ ਪਸੰਦ ਕਰਦੇ ਆ ਤੁਹਾਡਾ ਪ੍ਰੋਗਰਾਮ ਪਾਲੀ ਤੂੰ ਠੀਕ ਹੈ ਹਾਂ ਇਹ ਜਿਹੜਾ ਤੁਸੀਂ ਬੋਲੇ ਨੇ ਪਾਲੀ ਤੂੰ ਠੀਕ ਹੈ ਇਥੋਂ ਪਛਾਣਿਆ ਮੈਂ ਲਾ ਵੀ ਮੈਨੂੰ ਹੁਣ ਵੀ ਨਹੀਂ ਪਤਾ ਲੱਗਾ ਕੌਣ ਮੈਂ ਦੱਸ ਤੇ ਰਿਹਾ ਗੁੰਮਨਾਮ ਜੀ ਹੈ ਉਹ ਗੁੰਮਨਾਮ ਜੀ ਇਹ ਸੱਚ ਹਾਂ 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 ਇਦਾਂ ਦੇ ਕੈਰੈਕਟਰ ਵੈਸੇ ਉਹੀ ਕਰਦੇ ਆ ਗੁੰਮਨਾਮ ਕੌਣ ਕੌਣ ਗੁੰਮਨਾਮ ਹੈ ਆਪ ਹੈ ਨਹੀਂ ਮੈਂ ਨਹੀਂ ਗੁੰਮਨਾਮ ਬਾਹਰ ਪਾ ਕੇ ਦੇਣੇ ਸੜਕ ਤੇ ਹਾਂਜੀ ਹਾਂਜੀ ਸੁਣਾਓ ਜੀ ਸੁਣਾਓ ਬੋਲੀ ਸੁਣਾਓ ਉਹ ਬਾਰੀ ਬਰਸੀ ਖੱਟਣ ਗਿਆ ਸੀ ਤੇ ਕੱਟ ਕੇ ਲਿਆਂਦੀ ਕਿਤਾਬ ਓਕੇ ਰੌਣਕਾਂ ਲੱਗ ਜਾਂਦੀਆਂ ਜਦ ਆਉਂਦਾ ਜੀ ਜਨਾਬ ਰੌਣਕਾਂ ਲੱਗ ਜਾਂਦੀਆਂ ਵਾਹ ਜੀ ਵਾਹ ਆਉਂਦਾ ਜੀ ਜਨਾਬ ਰੌਣਕਾਂ ਲੱਗ ਜਾਂਦੀਆਂ ਆਉਂਦਾ ਜੀ ਜਨਾਬ ਰੌਣਕਾਂ ਲੱਗ ਜਾਂਦੀਆਂ ਕਲੰਕ ਲੱਗ ਜਾਂਦਾ ਜਦੋਂ ਆਉਂਦਾ ਸੋਨੀ ਕਲੰਕ ਲੱਗ ਜਾਂਦਾ ਹਾਂ ਵੀ ਤੂੰ ਕੀ ਕਹਿ ਰਹੀ ਸੀ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਇਸੇ ਕਰਕੇ ਮੇਰੇ ਪਾਪਾ ਜੀ ਕਹਿੰਦੇ ਸੀਗੇ ਕਿ ਖੱਟੇ ਅੰਬ ਤੇ ਪੁਲਿਸ ਦੀ ਝੰਬ ਤੋਂ ਬਚ ਨਹੀਂ ਸਕਦੇ ਤੁਸੀਂ ਲਓ ਜੀ ਇਹ ਕਹਾਵਤ ਸੁਣ ਲਈ ਆ ਸਰ ਤੁਸੀਂ ਇਹ ਨਾ ਸੁਣ ਲਈ ਮੇਰਾ ਮੈਂ ਫੜਾ ਮੈਂ ਇਹਨਾਂ ਤੋਂ ਕੁਝ ਪੁੱਛਣਾ ਚਾਹਣਾ ਪੁੱਛਣਾ ਚਾਹਣਾ ਪਹਿਲਾਂ ਤੂੰ ਮੈਨੂੰ ਦੱਸ ਕਿਹੜੇ ਚੈਨਲ ਤੋਂ ਆਇਆ ਤੂੰ ਡਾਊਨ ਟੂ ਅਰਥ ਡਾਊਨ ਟੂ ਅਰਥ ਤੋਂ ਆਇਆ ਤੂੰ ਬਿਨਾਂ ਨੋਟਿਸ ਤੇ ਅੰਦਰ ਕਿਦਾਂ ਆ ਗਿਆ ਉਹ ਤੁਹਾਡੇ ਛਿੰਦੇ ਨਹੀਂ ਕਹਾ ਚਲੇ ਜਾਓ ਅੰਦਰ ਵਾਹ ਜੀ ਵਾਹ ਸਾਰੇ ਅੰਦਰ ਹੀ ਬੈਠੇ ਆ ਪੁੱਤਰ ਹੁਣ ਛਿੰਦੇ ਨੇ ਤੈਨੂੰ ਅੰਦਰ ਭੇਜਿਆ ਲੇਕਿਨ ਛਿੰਦਾ ਇਸ ਥਾਂ ਤੋਂ ਬਾਹਰ ਜਾਏਗਾ ਸਰ ਮੈਂ ਇੱਕ ਸਵਾਲ ਪੁੱਛ ਸਕਦੀ ਇਹਨਾਂ ਨੂੰ ਤੂੰ ਕੀ ਕਰੋੜ ਰਿਪੋਰਟਰ ਤੁਸੀਂ ਹੋ ਮੈਂ ਪੁੱਛਣਾ ਚਾਹਣਾ 80 ਤੇ 90 ਕਿੰਨੇ ਹੁੰਦੇ ਆ ਪਹਿਲੇ ਮੈਂ ਇੱਕ ਸਵਾਲ ਪੁੱਛਾਂਗੀ ਤੁਸੀਂ ਜਵਾਬ ਦੇਵੋਗੇ ਪੁੱਛਣਾ ਸਾਡਾ ਕੰਮ ਹੈ ਭੈਣ ਜੀ ਮੈਂ ਜਵਾਬ ਨਹੀਂ ਪੁੱਛ ਕੇ ਤਾਂ ਤੂੰ ਸਾਹ ਚੜਾ ਲਿਆ ਤੇ ਜੇ ਮੇਰਾ ਹੁਣ ਮੂੰਹ ਕਵਰ ਹੋਇਆ ਨਾ ਤਾਂ ਮੈਂ ਇੱਥੋਂ ਥੱਪੜ ਮਾਰਨਾ ਤੇ ਟੇਬਲ ਤੇ ਪੈਣਾ ਇਧਰੋਂ ਛੱਡ ਮਾ ਮੈਂ ਕਮਾਲ ਨਾ ਆਪੇ ਜਵਾਬ ਦੇ ਕੇ ਮੈਨੂੰ ਵਾਪਸ ਕਰ ਦੋ ਮੇਰੀ ਕਿਉਂ ਮਾਨ ਤੁਸੀਂ ਕੀ ਕਰਾਂ ਫਿਰ ਮੈਨੂੰ ਕਿਉਂ ਪੁੱਛਣ ਡਿਆ ਕੀ ਕਰਾਂ ਆਪੇ ਕਹਿੰਦੇ ਮੈਂ ਇਹ ਕੈਰੈਕਟਰ ਕਰਨਾ ਹੁਣ ਮੈਨੂੰ ਕਹਿੰਦਾ ਮੈਂ ਕੀ ਕਰਾਂ ਮੈਂ ਤਾਂ ਪੁੱਛ ਕੀ ਪੁੱਛਣਾ ਪਹਿਲੇ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ ਓਏ ਉਹਦੀ ਸਵਾਲ ਦਾ ਜਵਾਬ ਦੇ ਤੂੰ ਜਵਾਬ ਨਹੀਂ ਦੇ ਸਕਦਾ ਹਾਂਜੀ ਪੁੱਛੋ ਪੁੱਛੋ ਤੁਸੀਂ ਇਸ ਰਿਪੋਰਟਿੰਗ ਤੋਂ ਇਲਾਵਾ ਹੋਰ ਕੀ ਕਰਦੇ ਹੋ ਕੁਝ ਨਹੀਂ ਕਰਦਾ ਵੇਲਾ ਖਤਮ ਹੁਣ ਮੇਰਾ ਜਵਾਬ ਦਿਓ ਨਹੀਂ ਤੁਸੀਂ ਬੰਦਿਆਂ ਦੀ ਆਵਾਜ਼ ਵੀ ਕੱਢ ਸਕਦੇ ਹੋ ਮੈਂ ਐਸੀ ਆਵਾਜ਼ ਦੇ ਵਿੱਚ ਹੀ ਰਹਿਣਾ ਜੀ ਅੱਛਾ ਆਹੋ ਤੁਸੀਂ ਤਾਂ ਤੁਹਾਡੀ ਘਰ ਵਾਲੀ ਆਪਸ ਵਿੱਚ ਗੱਲ ਕਰਦੇ ਹੋ ਹੁਣ ਕਮਰੇ ਤੋਂ ਬਾਹਰ ਚਾ ਬਾਹਰ ਤੇ ਆਇਆ ਲੱਦਾ ਹੋਣਾ ਕਿ ਭੈਣਾ ਲੱਗੀਆਂ ਗੱਲਾਂ ਕਰਦੇ ਹੋ ਸਾਡੇ ਕਾਕੜ ਵੀ ਤਾਂ ਹੋਏ ਲੱਗ ਮੰਮੀ ਕਿੱਥੇ ਆ ਹਾਂ ਤੂੰ ਕਹਿੰਦੀ ਨਹੀਂ ਮੈਂ ਆਈ ਜਦ ਆਂਟੀ ਸੁੱਤੇ ਦੇ ਹੋ ਮਤਲਬ ਤਾਂ ਭਾਬੀ ਕਾਲ ਆ ਗਿਆ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੁਪਿੰਦਰ ਬੋਲਦੀ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਲ ਬਹੁਤ ਸੋਹਣਾ ਹੈ ਅੱਛਾ ਮੈਨੂੰ ਨਾ ਪਤਾ ਲੱਗੂ ਰੁਪਿੰਦਰ ਜੀ ਮੈਨੂੰ ਨਾ ਐਦਾਂ ਲੱਗਦਾ ਜਿਸ ਤਰ੍ਹਾਂ ਤੁਸੀਂ ਸਟਾਰਟ ਕਰ ਦੇਣਾ ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਬੋਲਦੀ ਆ ਮੈਨੂੰ ਐ ਲੱਗਦਾ ਅੱਗੇ ਤੁਸੀਂ ਖਬਰ ਸੁਣਾਉਣੀ ਆ ਹੁਣ ਅੱਜ ਜਿਹੜਾ ਕਿ ਹਾਂ ਪਿੱਛੇ ਹਾਥੀ ਨਹੀਂ ਖੜਾ ਕਿ ਨਹੀਂ ਨਹੀਂ ਤੂੰ ਹਾਥੀ ਤੇ ਤੁਸੀਂ ਠੀਕ ਹੈ ਬਸ ਤੁਸੀਂ ਛੋਟਾ ਲਾਣਾ ਭੁੱਲ ਗਏ ਨਹੀਂ ਨਹੀਂ ਉਹ ਪਿੱਛੇ ਵੱਡਾ ਹਾਥੀ ਅੱਗੇ ਮੇਰਾ ਬੱਚਾ ਅੱਗੇ ਨਹੀਂ ਨਹੀਂ ਮੈਂ ਵੀ ਵੱਡੇ ਵਾਲੋ ਹੀ ਕਹੀ ਉਹ ਕਿੱਡਾ ਕੋ ਵੱਡਾ ਉਹ ਵੀ ਵੱਡਾ ਹੀ ਹਾਥੀ ਛੋਟਾ ਹਾਥੀ ਵਾਂਗੂ ਲੱਗਦਾ ਆਟੋ ਨਹੀਂ ਕਰ ਚੁੱਕਾ ਹੁਣ ਹਾਂ ਉਹਨੂੰ ਕਿਹਾ ਮੇਰੇ ਬੱਚੇ ਨੂੰ ਕੁਛ ਨਾ ਕਹੇ ਹਨਾ ਤੇ ਲਵ ਯੂ ਟੂ ਨੂੰ ਅਸੀਂ ਵੈਲਕਮ ਕਹਿੰਦੇ ਆ ਵਾਹ ਜੀ ਵਾਹ ਤੇ ਮੇਰੇ ਮੁੰਡੇ ਦੀ ਸਾੜੀ ਆ ਇਹ ਆਹਾ ਹਾ ਤੇ ਇਹਦਾ ਖਿਆਲ ਰੱਖਿਓ ਵਾਹ ਤੈਨੂੰ ਪਤਾ ਲਵ ਯੂ ਦਾ ਜਿਹੜੀ ਤੇਰੀ ਸਿਸਟਰ ਆ
ਉਹਨਾਂ ਦਾ ਮਤਲਬ ਅੱਧਾ ਕ ਰਿਸ਼ਤਾ ਹੋਇਆ ਹੋਇਆ ਨਾਲ ਮਤਲਬ ਇਹਨਾਂ ਦੇ ਬੇਟੇ ਨਾਲ। ਹਾਂ ਤੇਰੇ ਜੀਜੂ ਤੈਨੂੰ ਪਤਾ ਕੀ ਕਰਦੇ ਆ? ਕੀ ਕਰਦੇ ਨੇ? ਆਪਣੇ ਮੰਮੀ ਡੈਡੀ ਨੂੰ ਤੰਗ ਫਿਲਹਾਲ, ਮਤਲਬ ਮਾਂ ਪਿਓ ਨੂੰ ਤਾਂ ਵੈਸੇ ਬੱਚਾ ਤੰਗ ਕਰਦੇ ਨਾ ਕਦੀ ਕਦੀ ਪੰਗੇ ਕਰਕੇ, ਉਹਦਾ ਪਾਇਲਟ ਨੇ। ਹਾਂ ਕੋਈ ਗੱਲ ਨੀ, ਸਾਈਕਲ ਦੇ ਮਗਰਾਟ ਤੇ ਲਿਖਾਇਆ ਹੋਇਆ ਪਾਇਲਟ, ਬਹੁਤ ਤੇਜ਼ ਚਲਾਉਂਦੇ, ਕਈ ਵਾਰੀ ਚਾਰ ਵਾਰੀ ਚਲਾਣ ਵੀ ਹੋਇਆ ਉਹਨਾਂ ਦਾ। ਮੇਰੇ ਜੀਜੂ ਜੀ ਨਾ ਪੁਲਿਸ ਨੇ, ਮੇਰੇ ਜੀਜੂ ਨੀ ਕਹਿਣਾ, ਇੱਕ ਤਾਂ ਜੀਜੂ ਕਹਿੰਦੀ ਹੈ ਨਾ ਕਿ ਕਿੱਦਾਂ ਕਹੀ ਕਹੀ, ਮੇਰੇ ਜੀਜੂ ਨਾ ਜੀਜੂ ਐਡਾ ਤੂੰ ਜੂਜੂ ਪੀਸ ਲਈ ਫਿਰਦੀ ਹੈ। ਮੇਰੇ ਪਾਪਾ ਜੀ ਨੇ ਕਿਹਾ ਸੀਗਾ, ਪੁੱਤਰ ਤੇਰੇ ਪਾਪਾ ਜੀ ਨੇ ਅੱਗੋਂ ਤੋਂ ਕੁਛ ਕਹਿਣਾ, ਮੇਰੇ ਜੀਜੂ ਪੁਲਿਸ ਚ ਨੇ ਨਾ, ਹਾਂ ਇਸੇ ਕਰਕੇ ਮੇਰੇ ਪਾਪਾ ਜੀ ਨੇ ਕਿਹਾ ਸੀ। ਪੁੱਤਰ ਤੁਹਾਨੂੰ ਸ਼ਰਮ ਨੀ ਆਉਂਦੀ, ਤੁਹਾਡੇ ਜੀਜੂ ਪੁਲਿਸ ਚ ਨੇ ਤੇ ਤੁਸੀਂ ਮੁਲਾਜ਼ਮ ਹੀ ਹੋ ਜੇ, ਉਹ ਅਫਸਰ ਨੇ ਤੇ ਹੋ ਜਾਏਗੀ ਹੌਲੀ ਹੌਲੀ ਤਰੱਕੀ, ਮੈਂ ਵੀ ਇੱਥੇ ਆ ਜਾਵਾਂਗੀ ਇਸ ਸੀਟ ਤੇ, ਬਹੁਤ ਸੀਟ ਤੇ ਆ ਜਾਏਗੀ, ਤੈਨੂੰ ਮੈਂ ਵੱਖਰੀ ਨਾ ਦਰੀ ਪਛਾ ਦਿਆਂ ਕਿਤੇ ਵਿਹਲ ਲਿਆ ਕਰੀ ਉਹਦੇ ਚ। ਪਰ ਮੇਰੀ ਗੱਲ ਸੁਣ ਲਓ, ਉਹ ਤੇਰੀ ਕੋ ਸੁਣਾ ਜਿਹਨਾਂ ਦਾ ਫੋਨ ਆਇਆ ਉਹਨਾਂ ਦੀ ਕਿਉਂ ਨਾ ਸੁਣਾ, ਮੈਂ ਆਪਣੇ ਜੀਜੂ ਬਾਰੇ ਕਹਿਣਾ ਨਾ, ਕਰ ਲੈ ਫਿਰ, ਕਰ ਲੈ ਗੱਲ ਜੀਜੂ ਬਾਰੇ। ਇਸੇ ਕਰਕੇ ਮੇਰੇ ਪਾਪਾ ਜੀ ਨੇ ਕਿਹਾ ਸੀਗਾ, ਮੇਰੇ ਜੀਜੂ ਜੀ ਪੁਲਿਸ ਚ ਨੇ ਇਸ ਕਰਕੇ, ਤੇ ਉਹਨਾਂ ਨੇ ਕਿਹਾ ਸੀਗਾ ਖੱਟੇ ਅੰਬ ਤੇ ਪੁਲਿਸ ਦੇ ਚੰਬ ਤੂੰ ਕੋਈ ਨਹੀਂ ਬਚ ਸਕਦਾ। ਵਾਹ ਜੀ ਵਾਹ, ਤੇ ਜੀਜੂ ਨੂੰ ਵੀ ਦੱਸ ਇਹ ਗੱਲ ਕਿ ਖੱਟੇ ਅੰਬ ਤੇ ਪੁਲਿਸ ਦੇ ਚੰਬ ਤੋਂ ਕੋਈ ਨਹੀਂ ਬਚ ਸਕਦਾ। ਅਤੇ ਮੇਰੇ ਜੀਜੂ ਦੇ ਚੰਬ ਤੋਂ ਤੁਸੀਂ ਬਚ ਨਹੀਂ ਸਕਦੇ। ਵਾਹ ਜੀ ਵਾਹ।